ਸਤਿ ਸ਼੍ਰੀ ਅਕਾਲ ਦੋਸਤੋ, ਪਿੰਡ ਭੱਪਲ ਆਏ ਆ, ਤਹਿਸੀਲ ਪੈਂਦੀ ਹੈਗੀ ਰਾਜਪੁਰਾ। ਇੱਥੇ ਆ ਵੀਰਵਾਰੇ ਲਖਵਿੰਦਰ ਹੈਗਾ, ਇਹਨਾਂ ਬਾਰੇ ਪਤਾ ਲੱਗਿਆ ਸੀਗਾ ਵੀ ਤਕਰੀਬਨ 3 ਤੋਂ 4 ਸਾਲ ਦੇ ਵਿੱਚ ਵਿੱਚ ਇਹਨਾਂ ਦੀ ਅੱਖਾਂ ਦੀ ਰੋਸ਼ਨੀ ਖਤਮ ਹੋ ਗਈ, ਤੇ ਇਹਨਾਂ ਦੇ ਵਾਈਫ ਨਰੇਗਾ ਦੇ ਵਿੱਚ ਕੰਮ ਕਰਦੇ ਨੇ, ਜਿਹੜਾ ਕਿ ਮਹੀਨੇ ਦੇ ਵਿੱਚ ਇਹਨਾਂ ਨੂੰ ਸਿਰਫ 7 ਦਿਨ ਮਿਲਦੇ ਆ, ਤੇ 7 ਦਿਨਾਂ ਦੀ ਮਿਹਨਤ ਦਾ ਫਲ ਇਹਨਾਂ ਨੂੰ 3 ਤੋਂ 4 ਮਹੀਨੇ ਬਾਅਦ ਮਿਲਦਾ ਹੈ ਜਾਂ ਨਹੀਂ ਮਿਲਦਾ, ਉਹ ਡਿਪੈਂਡ ਕਰਦਾ ਜਿਹੜੇ ਵਿਚੋਲੇ ਆ ਉਹਨਾਂ ਦੇ ਉੱਤੇ, ਕਿਉਂਕਿ ਵਿਚੋਲਿਆਂ ਦੇ ਹੱਥ ਬਹੁਤ ਕੁਝ ਹੈਗਾ। ਵਿਚੋਲੇ ਕੀ ਕਹਿੰਦੇ ਆ, ਪਿੰਡਾਂ 'ਚ ਧੜੇਬਾਜ਼ੀ ਬਣੀ ਹੋਈ ਹੈ ਵੀ ਉਹ ਆਪਣੇ ਗਰੁੱਪਬਾਜ਼ੀ ਕਰਕੇ ਆਪਣੇ ਬੰਦਿਆਂ ਨੂੰ ਪਹਿਲ ਦਿੰਦੇ ਆ ਵੀ ਅਸੀਂ ਉਹਨਾਂ ਨੂੰ ਕੰਮ ਕਰਵਾਈਏ, ਜੇ ਅਸੀਂ ਤੁਹਾਨੂੰ ਕੰਮ ਦਿੰਦੇ ਹਾਂ ਤਾਂ ਤੁਸੀਂ ਸਾਨੂੰ ਕੀ ਦਿੰਦੇ ਹੋ। ਆਹ ਪੰਜਾਬ ਭਰ ਦਾ ਨਰੇਗਾ ਦਾ ਆਹ ਹਾਲ ਹੈ। ਇਹਨਾਂ ਦੀ ਸਾਨੂੰ ਇੱਕ ਬੇਨਤੀ ਆਈ ਸੀਗੀ ਵੀ ਜੀ ਮੈਂ ਅੱਖਾਂ ਤੋਂ ਮੇਰੀ ਰੋਸ਼ਨੀ ਚਲੀ ਗਈ ਹੈ, ਟੋਟਲੀ ਬਲਾਈਂਡ ਹੋ ਚੁੱਕੀ ਹਾਂ, ਕਿਉਂਕਿ ਇਹਨਾਂ ਦੇ ਅੱਖਾਂ ਦੇ ਵਿੱਚ ਟਿਊਮਰ ਆ ਗਿਆ ਸੀਗਾ, PGI ਤੋਂ ਇਹਨਾਂ ਦਾ ਸਾਰਾ ਟ੍ਰੀਟਮੈਂਟ ਚੱਲ ਰਿਹਾ ਸੀ, ਤੇ ਇਹਨਾਂ ਦਾ ਅਸੀਂ ਰਾਸ਼ਨ ਸੇਵਾ ਸ਼ੁਰੂ ਕਰਕੇ ਜਾ ਰਹੇ ਹਾਂ, ਤੇ ਅਗਲੇ 3 ਮਹੀਨੇ ਦੀ ਰਾਸ਼ਨ ਇਹਨਾਂ ਨੂੰ ਦੇ ਚੱਲੇ ਹਾਂ, ਤੇ 3 ਮਹੀਨਿਆਂ ਬਾਅਦ ਇਹਨਾਂ ਕੋਲ ਅਸੀਂ ਫਿਰ ਪਹੁੰਚਾਂਗੇ। ਅੱਜ ਦੀਆਂ 6 ਜਾਂ 7 ਫੈਮਿਲੀਜ਼ ਹੋਰ ਹੈਗੀਆਂ, ਅਸੀਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਿੰਦੇ ਰਹਾਂਗੇ ਕਿਹੜੇ ਕਿਹੜੇ ਪਿੰਡ ਤੇ ਕਿੱਦਾਂ ਕਿੱਦਾਂ ਦੀ ਸੇਵਾ ਅਸੀਂ ਕਰਕੇ ਆਏ ਹਾਂ। ਸੋ ਦੋਸਤੋ, ਤੁਸੀਂ ਵੱਧ ਤੋਂ ਵੱਧ ਸਾਡੇ ਨਾਲ ਜੁੜ ਸਕਦੇ ਹੋ। ਪੰਜਾਬ ਕਰਿਆਨਾ ਸਟੋਰ ਹੈਗਾ, ਪੰਜਾਬ ਜਰਨਲ ਸਟੋਰ, ਸੈਕਟਰ 26 ਦੇ ਵਿੱਚ। ਤੁਸੀਂ ਉੱਥੋਂ ਸਾਡਾ ਰਾਸ਼ਨ ਆਉਂਦਾ, ਤੁਸੀਂ ਉੱਥੇ ਬਿੱਲ ਦੇ ਸਕਦੇ ਹੋ ਰਾਸ਼ਨ ਦੇ। ਤੁਸੀਂ ਸਾਈ ਮੈਡੀਕੋਸ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਤੁਸੀਂ ਉੱਥੇ ਸਾਨੂੰ ਉੱਥੇ ਮੈਡੀਸਨਸ ਦੇ ਬਿੱਲ ਦੇ ਵਿੱਚ ਸਾਡੀ ਹੈਲਪ ਕਰ ਸਕਦੇ ਹੋ। ਤੋ ਵੱਧ ਤੋਂ ਵੱਧ ਪੰਜਾਬ ਨੂੰ ਲੋੜ ਹੈਗੀ ਹੈ, ਇੱਦਾਂ ਦੇ ਫੈਮਿਲੀਜ਼ ਨੂੰ ਲੋੜ ਹੈ। 2 ਬੱਚੇ ਜਿਹੜੇ ਕਿ ਬਿਲਕੁਲ ਠੀਕ ਆ, ਸਕੂਲ ਪੜ੍ਹ ਰਹੇ ਆ ਤੇ ਅਜੇ ਨਹੀਂ ਪੜ੍ਹ ਰਹੇ ਆ, ਛੋਟਾ ਹੈ, ਵੀ ਇਹਨਾਂ ਦੇ ਭਵਿੱਖ ਲਈ ਆਹ ਫੈਮਿਲੀਜ਼ ਨੂੰ ਅਸੀਂ ਅਡੋਪਟ ਕਰੀਏ। ਹੱਥ ਜੋੜ ਕੇ ਬੇਨਤੀ ਹੈ ਵੀ ਤੁਸੀਂ ਵੱਧ ਤੋਂ ਵੱਧ ਅੱਗੇ ਆਓ। ਧੰਨਵਾਦ।